ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਐਂਡ ਆਈ ਹੋਪ ਕਿ ਲਾਈਵ ਚੱਲ ਪਿਆ। ਤੁਹਾਡੇ ਨਾ ਸਭ ਦੇ ਮੈਸੇਜ ਕੱਲ੍ਹ ਦੇ ਆ ਰਹੇ ਆ ਜੀ, ਸਨੈਪਚੈਟ 'ਤੇ ਕਾਫੀ ਆ ਰਹੇ ਆ, ਇੰਸਟਾ 'ਤੇ ਕਾਫੀ ਆ ਰਹੇ ਆ ਕਿ ਤੁਸੀਂ ਕੈਂਬੀ ਬਾਰੇ ਬੋਲਦੇ ਨਹੀਂ, ਕੈਂਬੀ ਵੀਰ ਜੀ ਦੀ ਵੀਡੀਓ ਉਹਨੇ ਮੈਨੂੰ ਲੱਗਦਾ ਏਅਰਪੋਰਟ ਤੋਂ ਪਾਈ ਆ, ਅਤੇ ਉਹ ਵੀ ਉਦੋਂ ਪਾਈ ਆ ਜਦੋਂ ਉਹ ਮੈਨੂੰ ਲੱਗਦਾ ਉਹ ਡਿਪੋਰਟ ਹੋ ਰਿਹਾ ਉੱਥੋਂ ਕੈਨੇਡਾ ਤੋਂ। ਅਤੇ ਮੈਂ ਦੇਖੋ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ, ਮੈਨੂੰ ਨਹੀਂ ਲੱਗਦਾ ਵੀ ਸਾਡੇ ਜਿੰਨੇ ਭਰਾ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਤੋਂ ਇਲਾਵਾ ਉਹਦਾ ਜਿਹੜਾ ਅਸਲੀ ਦਰਦ ਆ ਉਹ ਕੋਈ ਸਮਝਦਾ ਹੋਊਗਾ। ਅਤੇ ਬੜਾ ਦੁੱਖ ਲੱਗਿਆ ਉਹਦੀ ਵੀਡੀਓ, ਮੈਂ ਸਾਰੀ ਦੇਖੀ ਉਹਦੀ ਵੀਡੀਓ, ਇੱਕ ਇੱਕ ਚੀਜ਼ ਉਹਦੀ ਜਿਹੜੀ ਉਹਨੇ ਬੋਲੀ ਮੈਂ ਸੁਣੀ। ਕੈਂਬੀ ਨੂੰ ਮੈਂ ਪਹਿਲਾਂ ਵੀ ਮਿਲਿਆ ਹੋਇਆ, ਉਹਦੇ ਗਾਣੇ ਦਾ ਸ਼ੂਟ ਸੀਗਾ ਕੈਨੇਡਾ ਦੇ ਵਿੱਚ, ਆਪਣੇ ਗਾਣਾ ਚੈਲੇਂਜ ਟੂ ਨਾਸਾ ਉਹਦਾ ਸ਼ੂਟ ਸੀਗਾ, ਅਤੇ ਉੱਥੇ ਮੈਂ ਮਿਲਿਆ ਸੀ ਉਹਨੂੰ, ਅਤੇ ਆਇਆ ਸੀ ਉਹ ਮਿਲਣ। ਵਧੀਆ ਬਈ, ਮੈਨੂੰ ਇਹ ਲੱਗਦਾ ਹੁੰਦਾ ਵੀ ਹਰ ਇੱਕ ਆਰਟਿਸਟ ਜਿਹੜਾ ਮਿਹਨਤ ਕਰ ਰਿਹਾ ਬਹੁਤ ਵਧੀਆ ਆ, ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗਾ ਬਈ, ਇਹ ਮੇਰੇ ਆਪਦੇ ਵਿਚਾਰ ਨੇ, ਮੈਂ ਕੋਈ, ਮੈਨੂੰ ਇਹ ਨਹੀਂ ਵੀ ਕੈਂਬੀ ਬਾਰੇ ਬੋਲ ਕੇ ਕੋਈ ਪਬਲਿਸਿਟੀ ਵਾਲਾ ਚੱਕਰ ਨਹੀਂ ਹੈ ਕੋਈ, ਕਿਉਂਕਿ ਉਹ ਵਾਹਿਗੁਰੂ ਨੇ ਜਿਹੜੀ ਦੇਣੀ ਆ ਉਹ ਆਲਰੇਡੀ ਦਿੱਤੀ ਹੋਈ ਆ, ਅਤੇ ਜਿਹੜੀ ਦੇਣੀ ਆ ਉਹ ਵਾਹਿਗੁਰੂ ਨੇ ਲਿਖੀ ਹੋਈ ਆ, ਅਪ ਅਤੇ ਥੱਲੇ ਉਹ ਸਭ ਵਾਹਿਗੁਰੂ ਨੇ ਲਿਖਿਆ ਹੋਇਆ, ਇਹਨਾਂ ਚੀਜ਼ਾਂ ਨਾਲ ਨਹੀਂ ਕੋਈ ਫਰਕ ਪੈਂਦਾ। ਪਰ ਇੱਕ ਗੱਲ ਆ ਵੀ ਮੈਨੂੰ ਇਹ ਲੱਗਦਾ ਵੀ ਕੈਂਬੀ ਉੱਥੋਂ ਡਿਪੋਰਟ ਹੋਇਆ ਅਤੇ ਕੈਂਬੀ ਕੋਲ ਇੱਕ ਬਹੁਤ ਹੀ ਵਧੀਆ, ਚਲੋ ਵਾਹਿਗੁਰੂ ਨੇ ਪਾਵਰ ਦਿੱਤੀ ਆ, ਉਹ ਇੱਕ ਆਰਟਿਸਟ ਆ, ਅਤੇ ਮੇਰੇ ਵਾਂਗੂ ਉਹਦੇ ਹੱਥ ਦੇ ਵਿੱਚ ਇੱਕ ਫੋਨ ਆ ਜਿਹਦਾ ਉਹ ਲਾਈਵ ਕਰਕੇ ਆਪਦੀ ਸਾਰੀ ਕਹਾਣੀ ਬਿਆਨ ਕਰ ਸਕਦਾ। ਬੜੀ ਦੁੱਖ ਭਰੀ ਕਹਾਣੀ ਆ ਉਹਦੀ, ਪਰ ਮੈਨੂੰ ਲੱਗਦਾ ਵੀ ਉਹਦੇ ਨਾਲ ਦੇ ਕਈ ਹੋਰ ਇੰਟਰਨੈਸ਼ਨਲ ਸਟੂਡੈਂਟ ਨੇ ਮੇਰੇ ਨਾਲ ਵੀ ਪੜ੍ਹਦੇ ਹੁੰਦੇ ਸੀ, ਕਈ ਵਿਚਾਰੇ ਇੱਥੇ ਆਏ, ਅਤੇ ਕਈ ਆਪਦੇ ਜਿਹੜੇ ਮੈਨੂੰ ਮੈਸੇਜ ਕਰ ਰਹੇ ਆ ਨਾ ਵੀ ਬਾਈ ਤੁਸੀਂ ਬੋਲਦੇ ਨਹੀਂ, ਮੈਨੂੰ ਇਹ ਲੱਗਦਾ ਵੀ ਤੁਸੀਂ ਆਪਦੇ ਪਿੰਡ 'ਚ ਹੀ ਦੇਖ ਲਿਓ ਇੱਕ ਵਾਰੀ, ਕੈਂਬੀ ਵਰਗੇ ਕਈ ਤੁਹਾਨੂੰ ਮਿਲ ਜਾਣੇ ਜਿਹੜੇ ਵਿਚਾਰੇ ਆਪਦੀ ਦੁੱਖ ਭਰੀ ਕਹਾਣੀ ਤੁਹਾਨੂੰ ਦੱਸਣਗੇ ਵੀ ਅਸੀਂ ਕਿਵੇਂ ਮੁੜੇ, ਅਤੇ ਕਈ ਤਾਂ ਪਹੁੰਚ ਵੀ ਨਹੀਂ ਪਾਏ, ਅਤੇ ਕਈਆਂ ਦੀਆਂ ਮਾਵਾਂ ਹਜੇ ਵੀ ਵੇਟ ਕਰੀ ਜਾਂਦੀਆਂ, ਉਹਨਾਂ ਦਾ ਪਤਾ ਨਹੀਂ ਗਾ ਵੀ ਉਹ ਕਿੱਥੇ ਆ। ਅਤੇ ਉਹ ਮੈਨੂੰ ਲੱਗਦਾ ਵੀ ਤੁਹਾਨੂੰ ਉਹਨਾਂ ਨੂੰ ਵੀ ਕੰਸਿਡਰ ਕਰਨਾ ਚਾਹੀਦਾ ਸਾਰਿਆਂ ਨੂੰ, ਐਂਡ ਜੇ ਤੁਹਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਆ, ਮੈਨੂੰ ਵੀ ਬਹੁਤ ਦੁੱਖ ਆ, ਤਾਂ ਉਹਨਾਂ ਦਾ ਵੀ ਬਰਾਬਰ ਦਾ ਹੀ ਦੁੱਖ ਆ ਜੀ ਸਾਰਿਆਂ ਨੂੰ। ਅਤੇ ਮੈਨੂੰ ਇਹ ਲੱਗਦਾ ਵੀ ਤੁਹਾਨੂੰ ਸਾਰਿਆਂ ਨੂੰ, ਆਪਾਂ ਨੂੰ ਸਾਰਿਆਂ ਨੂੰ ਉਹਨਾਂ ਚੀਜ਼ਾਂ ਬਾਰੇ ਵੀ ਸੋਚਣਾ ਚਾਹੀਦਾ ਜਿਹੜੀਆਂ ਸਾਡੇ ਪਿੰਡ ਸਾਡੇ ਆਲੇ ਦੁਆਲੇ ਹੋ ਰਹੀਆਂ। ਮੈਨੂੰ ਚੇਤੇ ਆ ਵੀ ਮੈਨੂੰ 13-14 ਸਾਲ ਹੋ ਗਏ, ਮੈਂ ਆਸਟ੍ਰੇਲੀਅਨ ਰੈਜ਼ੀਡੈਂਟ ਹਾਂ। ਆਸਟ੍ਰੇਲੀਅਨ ਰੈਜ਼ੀਡੈਂਟ ਮੈਂ ਇਸ ਕਰਕੇ ਹਾਂ ਕਿਉਂਕਿ ਮੈਂ ਆਸਟ੍ਰੇਲੀਆ 'ਚ ਪੜ੍ਹਿਆ, ਅਤੇ ਉਸ ਤੋਂ ਬਾਅਦ ਮੈਂ ਉਹਨਾਂ ਦੇ ਰੂਲਸ ਫੋਲੋ ਕੀਤੇ, ਅਤੇ ਜੋ ਜੋ ਉਹਨਾਂ ਦੀਆਂ ਰਿਕੁਆਇਰਮੈਂਟ ਸੀਗੀਆਂ ਪੜ੍ਹਨ ਤੋਂ ਬਾਅਦ ਉਹ ਮੈਂ ਪੂਰੀਆਂ ਕੀਤੀਆਂ, ਅਤੇ ਮੈਨੂੰ ਪਰਮਾਨੈਂਟ ਰੈਜ਼ੀਡੈਂਸੀ ਆਸਟ੍ਰੇਲੀਆ ਨੇ ਦਿੱਤੀ, ਅਤੇ ਮੇਰੇ ਲਈ ਬਹੁਤ ਵੱਡਾ ਖੁਸ਼ੀ ਦਾ ਦਿਨ ਸੀ ਉਹ, ਕਾਫੀ ਕਿੰਨੇ ਸਾਲ ਹੋ ਗਏ ਉਦੋਂ ਦਿੱਤੀ ਸੀ। ਅਤੇ ਮੈਨੂੰ ਇਹ ਲੱਗਦਾ ਵੀ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਸਭ ਤੋਂ ਪਹਿਲਾਂ ਸਾਡਾ ਕੰਮ ਤਾਂ ਸਾਡੀਆਂ ਉੱਥੋਂ ਦੀਆਂ ਜਿਹੜੀਆਂ ਰਿਕੁਆਇਰਮੈਂਟਾਂ ਆ ਜਿਹੜੀਆਂ ਉਹ ਗਵਰਨਮੈਂਟ ਨੇ, ਜੇ ਅਸੀਂ ਉੱਥੇ ਪੱਕੇ ਹੋਣਾ ਤਾਂ ਸਭ ਤੋਂ ਪਹਿਲਾਂ ਤਾਂ ਉਹ ਪੂਰੀਆਂ ਕਰੋ। ਉਸ ਤੋਂ ਬਾਅਦ ਆਪਦੇ ਮੈਨੂੰ ਲੱਗਦਾ ਪੱਕੇ ਹੋਣ ਤੋਂ 3-4 ਸਾਲ ਬਾਅਦ ਮੈਂ ਪਹਿਲਾਂ ਗਾਣਾ ਗਾਇਆ ਸੀ। ਹਾਲਾਂਕਿ ਮੇਰੇ ਡ੍ਰੀਮ ਬਹੁਤ ਸੀਗੇ ਵੀ ਮੈਂ ਗਾਵਾਂ, ਪਰ ਮੈਂ ਆਪਦੇ ਅੰਦਰ ਦਬਾ ਕੇ ਰੱਖੇ, ਕਿਉਂਕਿ ਜਦੋਂ ਤੁਸੀਂ ਕੋਈ ਇਹੋ ਜਿਹਾ ਤੁਸੀਂ ਸਟੈਪ ਲੈਂਦੇ ਹੋ, ਗਾਉਣ ਵਾਲਾ ਸਟੈਪ ਲੈਂਦੇ ਹੋ, ਉਸ ਤੋਂ ਬਾਅਦ ਨਾ ਥੋੜ੍ਹਾ ਜਿਹਾ ਪਿੱਛੇ ਮੁੜਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਅਤੇ ਉਹਦੇ ਕਰਕੇ ਤੁਸੀਂ ਕੋਈ ਕੰਮ ਕਾਰਾਂ ਦੇ ਵਿੱਚ ਵੀ ਤੁਸੀਂ ਕੋਈ ਉਹੋ ਜਿਹੀਆਂ ਚੀਜ਼ਾਂ ਨਹੀਂ ਕਰ ਸਕਦੇ, ਉਹ ਤੁਹਾਡੇ ਲਈ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਸੋ ਮੇਰੀ ਸਾਰੇ ਇੰਟਰਨੈਸ਼ਨਲ ਸਟੂਡੈਂਟ ਵੀਰਾਂ ਨੂੰ ਇਹ ਅਪੀਲ ਆ ਵੀ ਪਹਿਲਾਂ, ਸਭ ਤੋਂ ਪਹਿਲਾਂ ਆਪਦਾ ਬਾਈ ਸਟੇਟਸ ਜਿਹੜਾ ਵਾ ਉਹ ਸਹੀ ਕਰੋ, ਚਾਹੇ ਤੁਸੀਂ ਜਿਹੜੀਆਂ ਰਿਕੁਆਇਰਮੈਂਟ ਆ, ਜੇ ਤੁਸੀਂ ਮੇਰੇ ਵਾਂਗੂ ਜਿਹੜੇ ਕੁੱਕਰੀ ਵਾਲੇ ਹੁੰਦੇ ਆ, ਮੈਂ ਕੁੱਕਰੀ ਕੀਤੀ ਸੀ, ਤਾਂ ਭਾਂਡੇ ਮਾਂਜੋ ਬਾਈ, ਜਿਹੜੀਆਂ ਰਿਕੁਆਇਰਮੈਂਟ ਆ ਕਿਚਨ 'ਚ ਕੰਮ ਕਰੋ, ਜੋ ਵੀ ਆ ਸਾਰੀਆਂ ਚੀਜ਼ਾਂ ਉਹ ਤੁਹਾਨੂੰ ਕਰਨੀਆਂ ਪੈਣੀਆਂ ਜੋ ਇਮੀਗ੍ਰੇਸ਼ਨ ਦੀਆਂ ਰਿਕੁਆਇਰਮੈਂਟ ਆ। ਅਤੇ ਬਾਕੀ ਜਿਹੜੀਆਂ ਬਾਕੀ ਦੇ ਕੰਮ ਉਹ ਬਾਅਦ 'ਚੋਂ ਕਰੋ, ਜਿਹੜੇ ਵੀ ਤੁਸੀਂ ਕਰਨੇ, ਜਿਹੜੇ ਤੁਹਾਡੇ ਡ੍ਰੀਮ ਆ ਉਹ ਪਹਿਲਾਂ। ਜੇ ਤੁਹਾਨੂੰ ਲੱਗਦਾ ਵਾ ਵੀ ਤੁਸੀਂ ਉੱਥੇ, ਕਈ ਐਸ਼ ਕਰਨ ਜਾਂਦੇ ਆ ਜੀ ਬਾਹਰ, ਉਹਨਾਂ ਦੀ ਅਲੱਗ ਗੱਲ ਆ, ਅਤੇ ਬਾਈ ਕਈ
ਸਾਡੇ ਵਰਗਿਆਂ ਨੂੰ ਐਂ ਹੁੰਦਾ ਵੀ ਸਾਡੀ ਜ਼ਿੰਦਗੀ ਬਣ ਜਾਵੇ ਉੱਥੇ, ਸੋ ਅਸੀਂ ਇੱਦਾਂ ਜਾਂਦੇ ਹਾਂ। ਅਤੇ ਮੈਂ ਬਾਕੀ ਕੈਂਬੀ ਇੱਕ ਆਰਟਿਸਟ ਹਾਂ, ਐਂਡ ਮੈਨੂੰ ਇਹ ਲੱਗਦਾ ਵੀ ਅੱਜ ਮੈਂ ਕਿੰਨੇ ਸਾਲਾਂ ਬਾਅਦ ਮੈਂ ਪੰਜਾਬ ਹਾਂ, ਮੈਂ ਪੰਜਾਬ 'ਚ ਹੀ ਰਹਿ ਰਿਹਾ ਪਿਛਲੇ 2-3 ਸਾਲਾਂ ਤੋਂ, ਕਿਉਂਕਿ ਮੇਰਾ ਕੰਮ ਗਾਉਣਾ, ਅਤੇ ਜੇ ਅਸੀਂ ਪੰਜਾਬੀ 'ਚ ਗਾਉਣਾ ਤਾਂ ਪੰਜਾਬ 'ਚ ਹੀ ਰਹਿਣਾ ਪੈਣਾ। ਅਤੇ ਜਿਹੜੇ ਆਰਟਿਸਟ ਪੰਜਾਬ 'ਚ ਰਹਿੰਦੇ ਆ ਉਹਨਾਂ ਦੀ ਹੀ ਮੈਂ ਦੇਖਿਆ ਵਾ ਵੀ ਬੁੱਕਤ ਆ। ਅਤੇ ਜੇ ਤੁਸੀਂ ਪੰਜਾਬ 'ਚ ਨਹੀਂ ਆ ਕੇ ਰਹੋਗੇ ਐਜ਼ ਐਨ ਆਰਟਿਸਟ, ਜਿਹੜੇ ਕੰਮ ਦੇ ਹੈਗੇ ਹੋ ਉਸੇ ਕੰਮ ਵਾਲੇ ਬਣ ਜਾਓ, ਮੈਨੂੰ ਇਹ ਲੱਗਦਾ। ਸੋ ਕੈਂਬੀ ਵੀਰ ਤੂੰ ਪੰਜਾਬ 'ਚ, ਤੂੰ ਪੰਜਾਬ 'ਚ ਆ ਰਿਹਾ ਅਤੇ ਮੈਨੂੰ ਲੱਗਦਾ ਵੀ ਇੱਦੂ ਵਧੀਆ ਗੱਲ ਤਾਂ ਕੋਈ ਹੈ ਨਹੀਂ ਗੀ, ਜੇ ਤੁਸੀਂ ਜੇ ਆਰਟਿਸਟ ਹੀ ਆ ਤੂੰ ਅਤੇ ਆਰਟਿਸਟ ਹੀ ਅਪਣਾਉਣਾ ਹੈ ਆਪਦੇ ਆਪ ਨੂੰ। ਬਾਕੀ ਕਨੇਡਾ ਕਨੂਡਾ ਤੋਂ ਬਾਅਦ 'ਚ ਯਾਰ ਇਹ ਤਾਂ ਚੀਜ਼ਾਂ ਚੱਲੀ ਜਾਂਦੀਆਂ ਰਹਿੰਦੀਆਂ ਭਰਾ, ਵੀ ਤੂੰ ਵਧੀਆ ਬਣ ਕੇ ਜਾਏਗਾ ਉੱਥੇ, ਮੇਰੀ ਦੁਆ ਵਾ ਵੀ ਤੂੰ ਬਹੁਤ ਹੀ ਸਟਰੋਂਗ ਹੋ ਕੇ ਜਾਏਗਾ ਉੱਥੇ, ਕਿਉਂਕਿ ਤੇਰੀ ਚੈਲੰਜ ਜਿਹੜੇ ਹੁੰਦੇ ਆ ਨਾ ਬੰਦੇ ਨੂੰ ਮਿਲਦੇ, ਤੁਸੀਂ ਕਰਦੇ ਹੋ। ਮੈਂ ਵੀ ਇੱਕ ਟਾਈਮ ਆਸਟ੍ਰੇਲੀਆ ਤੋਂ ਆਇਆ ਸੀ ਇੰਡੀਆ, ਸਟਰੋਂਗ ਹੋ ਕੇ ਵਾਪਸ ਗਿਆ, ਅਤੇ ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਸਿਖਾਉਂਦੀਆਂ। ਬਾਕੀ ਮੇਰੀ ਇਹੀ ਆ ਸਲਾਹ ਸਾਰਿਆਂ ਨੂੰ, ਇੰਟਰਨੈਟ ਕੈਂਬੀ ਨੂੰ, ਕੈਂਬੀ ਹੈਜ਼ ਬੀਨ ਡਿਪੋਰਟਡ, ਹੁਣ ਉਹ ਆ ਗਿਆ ਵਾਪਸ। ਬਾਕੀ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਹੀ ਆ ਜੀ ਵੀ ਪਹਿਲਾਂ ਆਪਦੇ ਬਾਈ ਜਿਹੜੇ ਇਮੀਗ੍ਰੇਸ਼ਨ ਸਟੇਟਸ ਆ ਉਹ ਸਾਰੇ ਆਪਦੇ ਸਹੀ ਕਰੋ। ਅਤੇ ਕੈਂਬੀ ਵਰਗੇ ਹੋਰ ਵੀ ਵੀਰ ਭਰਾ ਹੋਣੇ ਆ ਜਿਹੜੇ ਤੁਹਾਡੇ ਨੇੜੇ, ਅਤੇ ਕਈ ਮੁੰਡੇ ਨਹੀਂ, ਮਾਲਟਾ ਕਾਂਡ ਹੋਇਆ ਸੀਗਾ, ਕਿੰਨੇ ਪੰਜਾਬੀ ਸੀਗੇ ਉਹ ਮੁੰਡੇ ਨਹੀਂ, ਉਹਨਾਂ ਦੀਆਂ ਮਾਵਾਂ ਅੱਜ ਤੱਕ ਉਹਨਾਂ ਨੂੰ ਉਡੀਕੀ ਜਾਂਦੀਆਂ। ਉਹ ਤਾਂ ਫਿਰ ਲੱਕੀ ਆ ਵੀ ਆਪਦੇ ਘਰਦਿਆਂ ਕੋਲ ਵਾਪਸ ਆ ਰਿਹਾ, ਅਤੇ ਇੰਨਾ ਲੱਕੀ ਆ ਵੀ ਉਹ 7-8 ਸਾਲ ਲਾ ਕੇ ਆ ਰਿਹਾ ਉੱਥੇ ਉਹ ਕੰਟਰੀ ਦੇ ਵਿੱਚ। ਮੈਂ ਉਹਦੀ ਸੁਣ ਰਿਹਾ ਸੀ ਵੀ ਉਹ ਕਹਿੰਦਾ ਵੀ ਮੈਂ ਕਸੀਨੋ ਗਿਆ ਅਤੇ ਉੱਥੇ ਉਹਨੇ ਟਰਾਈ ਆਪਦਾ ਲੱਕ ਟਰਾਈ ਕਰ ਰਿਹਾ ਸੀ ਉਹ। ਐਂਡ ਮੈਂ ਸੱਚੀ ਦੱਸਾਂ ਸਾਡੇ ਕੋਲ ਤਾਂ ਇੰਨੀ ਕਿਸਮਤ ਹੈ ਨਹੀਂ ਸੀ ਵੀ ਅਸੀਂ ਕਸੀਨੋ 'ਚ ਜਾ ਕੇ ਵੀ ਆਪਦਾ ਲੱਕ ਟਰਾਈ ਕਰ ਸਕੀਏ। ਸਾਡੇ ਕੋਲ ਤਾਂ ਸਿਰਫ ਇੱਕ ਆਪਦਾ ਆਹ ਦੋ ਹੱਥ ਦਿੱਤੇ ਸੀ ਵੀ ਇਹਦੇ ਨਾਲ ਹੀ ਕੰਮ ਕਰਨਾ ਬਾਈ। ਕੈਨੇਡਾ ਦੇ ਵਿੱਚ ਥੋੜ੍ਹਾ ਜਿਹਾ ਚੱਕਰ ਹੋਰ ਸੀਗਾ ਵੀ ਉੱਥੇ ਪੰਜਾਬੀ ਬਹੁਤ ਜ਼ਿਆਦਾ ਆ, ਸਾਡੇ ਜਦੋਂ ਅਸੀਂ ਗਏ ਸੀ ਆਸਟ੍ਰੇਲੀਆ ਦੇ ਵਿੱਚ ਉਦੋਂ ਪੰਜਾਬੀ ਇੰਨੇ ਹੈ ਨਹੀਂ ਸੀਗੇ, ਸੋ ਗੋਰਿਆਂ ਨਾਲ ਹੀ ਮੱਥਾ ਮਾਰਨਾ ਪੈਂਦਾ ਸੀ। ਸੋ ਬਈ ਜੋ ਵੀ ਰੱਬ ਕਰਦਾ ਬਹੁਤ ਵਧੀਆ ਕਰਦਾ ਜੀ, ਉਹਨੂੰ ਜਿੱਥੇ ਤੁਸੀਂ ਹੈਗੇ ਹੋ ਆਪਦੇ ਥੱਲੇ ਨੂੰ ਦੇਖ ਕੇ ਚੱਲ ਪਓ, ਬਹੁਤ ਵਧੀਆ ਰਹੋਗੇ, ਨਹੀਂ ਤਾਂ ਉੱਪਰ ਨੂੰ ਤਾਂ ਬਹੁਤ ਉੱਪਰ ਲੋਕ ਬੈਠੇ ਆ, ਬਹੁਤ ਹੀ ਜ਼ਿਆਦਾ ਉੱਪਰ, ਅਤੇ ਉਹਦੇ ਨਾਲ ਜ਼ਿੰਦਗੀ ਨਹੀਂ ਚੱਲਦੀ। ਸੋ ਵਟ ਆਈ ਥਿੰਕ ਇਜ਼ ਕਿ ਆਈ ਵਿਸ਼ ਹਿਮ ਗੁੱਡ ਲੱਕ, ਜਿੱਥੇ ਮੇਰੀ ਲੋੜ ਆ ਮੈਂ ਆਲਵੇਜ਼ ਦੇਅਰ, ਅਸੀਂ ਕਹਿ ਸਕਦੇ ਹਾਂ ਆਲਵੇਜ਼ ਦੇਅਰ, ਬਾਕੀ ਕਰਨ ਵਾਲੇ ਜਿਹੜੇ ਬੰਦੇ ਹੁੰਦੇ ਆ ਉਹ ਬਾਈ ਕਦੇ ਤੈਨੂੰ ਜੇ ਦੇਖੀ ਤਾਂ ਲਾਈਵ ਵੀਡੀਓ, ਅਤੇ ਐਨੀ ਟਾਈਮ ਕਦੇ ਵੀ ਲੋੜ ਪਵੇ। ਹੋਰ ਵੀ ਭਰਾ ਨਿੰਜੇ ਦੀ ਵੀਡੀਓ ਦੇਖੀ ਸੀ ਅਤੇ ਉਹਦੀ ਉਹਨੇ ਵੀ ਉਹਨੂੰ ਬਹੁਤ ਵਧੀਆ ਪ੍ਰੇਜ਼ ਕੀਤਾ। ਸੋ ਆਈ ਵਿਸ਼ ਯੂ ਗੁੱਡ ਲੱਕ, ਅਤੇ ਬਾਕੀ ਬਾਈ ਘਬਰਾਉਣਾ ਨਹੀਂ, ਅਤੇ ਤੂੰ ਆਰਟਿਸਟ ਆ ਅਤੇ ਪੰਜਾਬ 'ਚ ਆਇਆ ਅਤੇ ਪੰਜਾਬ 'ਚ ਹੀ ਆਰਟਿਸਟ ਦੀ ਬੁੱਕਤ ਆ, ਸੋ ਚੱਕ ਦੇ ਕੰਮ। ਥੈਂਕ ਯੂ। ਸੋ ਸਾਰਿਆਂ ਨੂੰ ਬਲੈਸ ਯੂ, ਮਿਹਨਤ ਕਰੋ, ਤਰੱਕੀ ਕਰੋ। ਰਾਹ ਟੇਢੇ ਮੇਢੇ ਆਉਂਦੇ ਰਹਿੰਦੇ ਆ, ਪਰ ਉਹੀ ਬੰਦਾ ਜਿਹੜਾ ਉਹਦੇ ਵਿੱਚ ਦੀ ਵੀ ਲੰਘ ਜਾਂਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਐਂਡ ਆਈ ਹੋਪ ਕਿ ਲਾਈਵ ਚੱਲ ਪਿਆ। ਤੁਹਾਡੇ ਨਾ ਸਭ ਦੇ ਮੈਸੇਜ ਕੱਲ੍ਹ ਦੇ ਆ ਰਹੇ ਆ ਜੀ, ਸਨੈਪਚੈਟ 'ਤੇ ਕਾਫੀ ਆ ਰਹੇ ਆ, ਇੰਸਟਾ 'ਤੇ ਕਾਫੀ ਆ ਰਹੇ ਆ ਕਿ ਤੁਸੀਂ ਕੈਂਬੀ ਬਾਰੇ ਬੋਲਦੇ ਨਹੀਂ, ਕੈਂਬੀ ਵੀਰ ਜੀ ਦੀ ਵੀਡੀਓ ਉਹਨੇ ਮੈਨੂੰ ਲੱਗਦਾ ਏਅਰਪੋਰਟ ਤੋਂ ਪਾਈ ਆ, ਅਤੇ ਉਹ ਵੀ ਉਦੋਂ ਪਾਈ ਆ ਜਦੋਂ ਉਹ ਮੈਨੂੰ ਲੱਗਦਾ ਉਹ ਡਿਪੋਰਟ ਹੋ ਰਿਹਾ ਉੱਥੋਂ ਕੈਨੇਡਾ ਤੋਂ। ਅਤੇ ਮੈਂ ਦੇਖੋ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ, ਮੈਨੂੰ ਨਹੀਂ ਲੱਗਦਾ ਵੀ ਸਾਡੇ ਜਿੰਨੇ ਭਰਾ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਤੋਂ ਇਲਾਵਾ ਉਹਦਾ ਜਿਹੜਾ ਅਸਲੀ ਦਰਦ ਆ ਉਹ ਕੋਈ ਸਮਝਦਾ ਹੋਊਗਾ। ਅਤੇ ਬੜਾ ਦੁੱਖ ਲੱਗਿਆ ਉਹਦੀ ਵੀਡੀਓ, ਮੈਂ ਸਾਰੀ ਦੇਖੀ ਉਹਦੀ ਵੀਡੀਓ, ਇੱਕ ਇੱਕ ਚੀਜ਼ ਉਹਦੀ ਜਿਹੜੀ ਉਹਨੇ ਬੋਲੀ ਮੈਂ ਸੁਣੀ। ਕੈਂਬੀ ਨੂੰ ਮੈਂ ਪਹਿਲਾਂ ਵੀ ਮਿਲਿਆ ਹੋਇਆ, ਉਹਦੇ ਗਾਣੇ ਦਾ ਸ਼ੂਟ ਸੀਗਾ ਕੈਨੇਡਾ ਦੇ ਵਿੱਚ, ਆਪਣੇ ਗਾਣਾ ਚੈਲੇਂਜ ਟੂ ਨਾਸਾ ਉਹਦਾ ਸ਼ੂਟ ਸੀਗਾ, ਅਤੇ ਉੱਥੇ ਮੈਂ ਮਿਲਿਆ ਸੀ ਉਹਨੂੰ, ਅਤੇ ਆਇਆ ਸੀ ਉਹ ਮਿਲਣ। ਵਧੀਆ ਬਈ, ਮੈਨੂੰ ਇਹ ਲੱਗਦਾ ਹੁੰਦਾ ਵੀ ਹਰ ਇੱਕ ਆਰਟਿਸਟ ਜਿਹੜਾ ਮਿਹਨਤ ਕਰ ਰਿਹਾ ਬਹੁਤ ਵਧੀਆ ਆ, ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗਾ ਬਈ, ਇਹ ਮੇਰੇ ਆਪਦੇ ਵਿਚਾਰ ਨੇ, ਮੈਂ ਕੋਈ ਮੈਨੂੰ ਇਹ ਨਹੀਂ ਵੀ
ਕੈਂਬੀ ਬਾਰੇ ਬੋਲ ਕੇ ਕੋਈ ਪਬਲਿਸਿਟੀ ਵਾਲਾ ਚੱਕਰ ਨਹੀਂ ਹੈ ਕੋਈ, ਕਿਉਂਕਿ ਉਹ ਵਾਹਿਗੁਰੂ ਨੇ ਜਿਹੜੀ ਦੇਣੀ ਆ ਉਹ ਆਲਰੇਡੀ ਦਿੱਤੀ ਹੋਈ ਆ, ਅਤੇ ਜਿਹੜੀ ਦੇਣੀ ਆ ਉਹ ਵਾਹਿਗੁਰੂ ਨੇ ਲਿਖੀ ਹੋਈ ਆ, ਅਪ ਅਤੇ ਥੱਲੇ ਉਹ ਸਭ ਵਾਹਿਗੁਰੂ ਨੇ ਲਿਖਿਆ ਹੋਇਆ, ਇਹਨਾਂ ਚੀਜ਼ਾਂ ਨਾਲ ਨਹੀਂ ਕੋਈ ਫਰਕ ਪੈਂਦਾ। ਪਰ ਇੱਕ ਗੱਲ ਆ ਵੀ ਮੈਨੂੰ ਇਹ ਲੱਗਦਾ ਵੀ ਕੈਂਬੀ ਉੱਥੋਂ ਡਿਪੋਰਟ ਹੋਇਆ ਅਤੇ ਕੈਂਬੀ ਕੋਲ ਇੱਕ ਬਹੁਤ ਹੀ ਵਧੀਆ, ਚਲੋ ਵਾਹਿਗੁਰੂ ਨੇ ਪਾਵਰ ਦਿੱਤੀ ਆ, ਉਹ ਇੱਕ ਇੱਕ ਆਰਟਿਸਟ ਆ ਅਤੇ ਮੇਰੇ ਵਾਂਗੂ ਉਹਦੇ ਹੱਥ ਦੇ ਵਿੱਚ ਇੱਕ ਫੋਨ ਆ ਜਿਹਦਾ ਉਹ ਲਾਈਵ ਕਰਕੇ ਆਪਦੀ ਸਾਰੀ ਕਹਾਣੀ ਬਿਆਨ ਕਰ ਸਕਦਾ। ਬੜੀ ਦੁੱਖ ਭਰੀ ਕਹਾਣੀ ਆ ਉਹਦੀ, ਪਰ ਮੈਨੂੰ ਲੱਗਦਾ ਵੀ ਉਹਦੇ ਨਾਲ ਦੇ ਕਈ ਹੋਰ ਇੰਟਰਨੈਸ਼ਨਲ ਸਟੂਡੈਂਟ ਨੇ ਮੇਰੇ ਨਾਲ ਵੀ ਪੜ੍ਹਦੇ ਹੁੰਦੇ ਸੀ, ਕਈ ਵਿਚਾਰੇ ਇੱਥੇ ਆਏ ਅਤੇ ਕਈ ਆਪਦੇ ਜਿਹੜੇ ਮੈਨੂੰ ਮੈਸੇਜ ਕਰ ਰਹੇ ਆ ਨਾ ਵੀ ਬਾਈ ਤੁਸੀਂ ਬੋਲਦੇ ਨਹੀਂ, ਮੈਨੂੰ ਇਹ ਲੱਗਦਾ ਵੀ ਤੁਸੀਂ ਆਪਦੇ ਪਿੰਡ 'ਚ ਹੀ ਦੇਖ ਲਿਓ ਇੱਕ ਵਾਰੀ।